ਦੋਸਤੋ ਟੈਕਨੀਕਲ ਜੌਬ ਪੁਆਇੰਟ ਚੈਨਲ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਲੁਧਿਆਣਾ ਪੰਜਾਬ ਦੇ ਵਿੱਚ ਇੱਕ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਆਊਟ ਹੋਇਆ ਜੀ। ਵੱਖ ਵੱਖ ਪੋਸਟਾਂ ਤੁਸੀਂ ਅਪਲਾਈ ਕਰ ਸਕਦੇ ਹੋ, ਸਿੱਧੀ ਇੰਟਰਵਿਊ ਹੋਵੇਗੀ, ਤਨਖਾਹ 15,000 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ। ਸਾਰੇ ਪੰਜਾਬ ਦੇ ਐਲੀਜੀਬਲ ਮੁੰਡੇ ਅਤੇ ਕੁੜੀਆਂ ਅਪਲਾਈ ਕਰ ਸਕਦੇ ਹਨ। ਪੋਸਟਾਂ ਨੂੰ ਕੌਣ ਕੌਣ ਅਪਲਾਈ ਕਰ ਸਕਦਾ ਹੈ, ਕਿਵੇਂ ਤੁਸੀਂ ਅਪਲਾਈ ਕਰਨਾ ਹੈ, ਪੂਰਾ ਡਿਟੇਲ 'ਚ ਦੱਸਿਆ ਜਾਵੇਗਾ। ਜੇਕਰ ਦੋਸਤੋ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਅੱਗੇ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਚਲੋ ਦੋਸਤੋ ਚੱਲਦੇ ਹਾਂ ਜੀ ਨੋਟੀਫਿਕੇਸ਼ਨ ਦੇ ਉੱਪਰ। ਹਾਂਜੀ ਦੋਸਤੋ, ਅੱਜ ਦਾ ਨੋਟੀਫਿਕੇਸ਼ਨ ਪ੍ਰਿੰਸੀਪਲ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲੁਧਿਆਣਾ ਤੋਂ ਅਨਾਊਂਸਮੈਂਟ ਕੀਤਾ ਗਿਆ ਹੈ। ਪੋਸਟਾਂ ਡਿਟੇਲ ਕੁਛ ਇਸ ਪ੍ਰਕਾਰ ਹੈ ਜੀ। ਪੋਸਟ ਨੰਬਰ 1 ਟ੍ਰੇਡ ਇਲੈਕਟ੍ਰੀਸ਼ੀਅਨ, ਰੈਫਰੀਜਰੇਸ਼ਨ, ਏਅਰ ਕੰਡੀਸ਼ਨ, ਸਰਵੇਅਰ, ਮਕੈਨਿਕ ਡੀਜ਼ਲ, ਡਰਾਫਟਸਮੈਨ ਸਿਵਲ, ਡਰਾਫਟਸਮੈਨ ਮਕੈਨੀਕਲ, ਟਰਨਰ, ਮਸ਼ੀਨਿਸਟ, ਇਲੈਕਟ੍ਰੋਨਿਕਸ ਮਕੈਨਿਕ, ਵਾਇਰਮੈਨ, ਕਾਰਪੈਂਟਰ, ਪਲੰਬਰ, ਮੋਟਰ ਮਕੈਨਿਕ ਵਹੀਕਲ, ਫਾਊਂਡਰੀਮੈਨ, ਆਟੋਮੋਟਿਵ ਬਾਡੀ ਰਿਪੇਅਰ, ਆਟੋਮੋਟਿਵ ਪੇਂਟ ਰਿਪੇਅਰ, ਪੰਜਾਬੀ ਸਟੈਨੋਗ੍ਰਾਫਰ, ਸਟੈਨੋਗ੍ਰਾਫਰ, ਸੈਕਟੇਰੀਅਲ ਅਸਿਸਟੈਂਟ। ਅਕੈਡਮਿਕ ਸੈਸ਼ਨ 2021 ਅਤੇ 22 ਦੇ ਲਈ ਗੈਸਟ ਫੈਕਲਟੀ ਆਧਾਰ 'ਤੇ ਬਿਲਕੁਲ ਆਰਜ਼ੀ ਤੌਰ 'ਤੇ ਇੰਸਟਰਕਟਰਾਂ ਦੀ ਭਰਤੀ ਕੀਤੀ ਜਾਵੇਗੀ। ਤਨਖਾਹ ਉੱਕਾ ਪੁੱਕਾ 15,000 ਰੁਪਏ ਪ੍ਰਤੀ ਮਹੀਨਾ ਤੁਹਾਨੂੰ ਦਿੱਤਾ ਜਾਵੇਗਾ। ਚਾਹਵਾਨ ਉਮੀਦਵਾਰ ਆਪਣੇ ਡਾਕੂਮੈਂਟ ਦਿੱਤੀ ਹੋਈ ਇਹਨਾਂ ਦੀ ਮੇਲ ਆਈਡੀ 'ਤੇ ਸੈਂਡ ਕਰ ਸਕਦੇ ਹਨ ਜਾਂ ਫਿਰ ਦਸਤੀ ਫਾਰਮ ਜਮ੍ਹਾਂ ਕਰਵਾ ਸਕਦੇ ਹਨ 12 ਜੁਲਾਈ 2021 ਸਵੇਰੇ 11 ਵਜੇ ਤੱਕ। ਇੰਟਰਵਿਊ 12/7/2021 ਨੂੰ ਸਵੇਰੇ 11 ਵਜੇ ਹੋਵੇਗੀ। ਆਪਣੇ ਓਰੀਜਨਲ ਡਾਕੂਮੈਂਟ ਤੁਸੀਂ ਨਾਲ ਲੈ ਕੇ ਜਾਣਾ ਹੈ ਇੰਟਰਵਿਊ ਦੇਣ ਦੇ ਲਈ। ਇੰਟਰਵਿਊ 'ਤੇ ਆਉਣ ਜਾਣ ਲਈ ਤੁਹਾਨੂੰ ਕੋਈ ਵੀ TADA ਦਾ ਭੁਗਤਾਨ ਨਹੀਂ ਕੀਤਾ ਜਾਵੇਗਾ। ਇੰਟਰਵਿਊ ਦਾ ਐਡਰੈਸ ਨੋਟ ਕਰ ਲਓ ਜੀ, ਪ੍ਰਿੰਸੀਪਲ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲੁਧਿਆਣਾ ਵਿਖੇ ਤੁਸੀਂ ਜਾਣਾ ਹੈ। ਯੋਗਤਾ, ਤਜਰਬਾ ਅਤੇ ਹੋਰ ਵੇਰਵਿਆਂ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਜੋ ਕਿ ਇਹਨਾਂ ਨੇ ਮੈਂਸ਼ਨ ਕੀਤੀ ਹੈ ਇਸ 'ਤੇ ਤੁਸੀਂ ਵਿਜਿਟ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ। ਇਸ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਜਾਵੇਗਾ। ਉਮੀਦ ਕਰਦਾ ਹਾਂ ਦੋਸਤੋ ਮੇਰੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਲਾਈਕ ਕਰ ਦਿਓ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵੀਡੀਓ ਦੇਖਣ ਲਈ ਥੈਂਕ ਯੂ।